ਸੋ ਵਿਦਿਆਰਥੀਆਂ ਦੀ ਰੇਵ ਪਾਰਟੀ ਐ ਜਿਹੜੀ ਫੜ ਲਈ ਗਈ ਦਾ ਸੀ ਕਿ ਨੋਇਡਾ ਦੇ ਸੈਕਟਰ 94 ਦੀ ਸੁਪਰਨੋਵਾ ਬਿਲਡਿੰਗ ਦੇ ਵਿੱਚ ਕਿਸੇ ਮੰਜ਼ਲ ਤੋਂ ਸ਼ਰਾਬ ਦੀ ਬੋਤਲ ਹੇਠਾਂ ਡਿੱਗ ਗਈ। ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਦੋਂ ਪੁਲਿਸ ਨੇ ਇਮਾਰਤ ਦੀ ਤਲਾਸ਼ੀ ਲਈ ਤਾਂ ਇੱਕ ਫਲੈਟ ਵਿੱਚ ਕਈ ਵਿਦਿਆਰਥੀ ਮੌਜੂਦ ਸਨ ਜੋ ਸ਼ਰਾਬ ਦੀ ਪਾਰਟੀ ਕਰ ਰਹੇ ਸਨ। ਨਸ਼ੇ ਦਾ ਸਮਾਨ ਵੀ ਉਸ ਪਾਰਟੀ ਦੇ ਵਿੱਚੋਂ ਬਰਾਮਦ ਹੁੰਦਾ ਹੈ ਤੇ ਤੁਰੰਤ ਪੁਲਿਸ ਉੱਥੇ ਪਹੁੰਚ ਜਾਂਦੀ ਹੈ। ਪੁਲਿਸ ਵੱਲੋਂ ਪਹੁੰਚ ਕੇ ਇਸ ਰੇਵ ਪਾਰਟੀ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ। ਬਹੁਤ ਸਾਰੇ ਵਿਦਿਆਰਥੀ ਉੱਥੇ ਮੌਜੂਦ ਸਨ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਅਪਡੇਟ ਲੈ ਕੇ ਰੂਬਰੂ ਹੋਵਾਂਗੇ, ਫੇਕਦੇ ਰਹੋ ਧਿਆਨ ਨਾਲ ਆਏ। ਸੋ ਵਿਦਿਆਰਥੀਆਂ ਦੀ ਰੇਵ ਪਾਰਟੀ ਐ ਜਿਹੜੀ ਫੜ ਲਈ ਗਈ ਦੱਸ ਦਈਏ ਕਿ ਨੋਇਡਾ ਦੇ ਸੈਕਟਰ 94 ਦੀ ਸੁਪਰਨੋਵਾ ਬਿਲਡਿੰਗ ਦੇ ਵਿੱਚ ਕਿਸੇ ਮੰਜ਼ਲ ਤੋਂ ਸ਼ਰਾਬ ਦੀ ਬੋਤਲ ਹੇਠਾਂ ਡਿੱਗ ਗਈ। ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਦੋਂ ਪੁਲਿਸ ਨੇ ਇਮਾਰਤ ਦੀ ਤਲਾਸ਼ੀ ਲਈ ਤਾਂ ਇੱਕ ਫਲੈਟ ਵਿੱਚ ਕਈ ਵਿਦਿਆਰਥੀ ਮੌਜੂਦ ਸਨ ਜੋ ਸ਼ਰਾਬ ਦੀ ਪਾਰਟੀ ਕਰ ਰਹੇ ਸਨ। ਨਸ਼ੇ ਦਾ ਸਮਾਨ ਵੀ ਉਸ ਪਾਰਟੀ ਦੇ ਵਿੱਚੋਂ ਬਰਾਮਦ ਹੁੰਦਾ ਹੈ ਤੇ ਤੁਰੰਤ ਪੁਲਿਸ ਉੱਥੇ ਪਹੁੰਚ ਜਾਂਦੀ ਹੈ। ਪੁਲਿਸ ਵੱਲੋਂ ਪਹੁੰਚ ਕੇ ਇਸ ਰੇਵ ਪਾਰਟੀ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ। ਬਹੁਤ ਸਾਰੇ ਵਿਦਿਆਰਥੀ ਉੱਥੇ ਮੌਜੂਦ ਸਨ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਅਪਡੇਟ ਲੈ ਕੇ ਰੂਬਰੂ ਹੋਵਾਂਗੇ, ਫੇਕਦੇ ਰਹੋ ਧਿਆਨ ਨਾਲ ਆਏ।